हेलो दोस्तों, अस्सलाम वालेकुम। मैं हाँ यासर संधू, तुसा वेख रहे हो ट्रैक्टर जोन यूट्यूब चैनल ते फेसबुक पेज। मेरे नाल ने अमार करीम साहब और अज असी दोनों इत्थे मौजूद हाँ न्यू हॉलैंड के स्टॉल ते लाहौर एक्सपो दे विच। इसे तरह सर जी, ते ट्रैक्टर दे बारे गल करनी है। अमार साहब ने तुहानू हर चीज़ खोल के दस दी इस ट्रैक्टर दे बारे, कोई शय नहीं मेरा ख्याल जिहड़ी रह गई हो। तीन तो चार गल्लां ने मोटियां मोटियां अमार साहब जी। अस्सलाम वालेकुम रहमतुल्लाह। हाँ जी, असी अज इत्थे अपना स्टॉल लगाया है 2024 ऑटो शो दे उत्ते, जिहड़ा एक्सपो सेंटर जोहर टाउन च हो रहा है। और तुसीं देख रहे हो अलगाजी ट्रैक्टर दा खूबसूरत और बेहतरीन स्टॉल है। इत्थे असीं डिस्प्ले लाया अपना न्यू हॉलैंड 850 लिफ्टोमैटिक, न्यू हॉलैंड 850 स्टैंडर्ड और NS 640। तीन ट्रैक्टर साडे इत्थे मौजूद ने और माशाल्लाह लोगों का रश लगा होया, जिमीदार आ रहे ने। ते सिंधु साहब, तुसीं ये मैनूं दसो कि तुसीं हुण फील्ड च रहे हो, तुहानूं प्रैक्टिकली तुसीं ट्रैक्टर खेतां चलदे वेख लिया, ते जिमीदारां ने इस ट्रैक्टर दी ਕਿਹੜੀ ਚੀਜ਼ ਪਸੰਦ ਕੀਤੀ ਹੈ ਜਿਹੜੀ ਤੁਸੀਂ ਸਮਝਦੇ ਹੋ ਕਿ ਵੱਡੀਆਂ ਮੋਟੀਆਂ ਮੋਟੀਆਂ ਤਿੰਨ ਚਾਰ ਚੀਜ਼ਾਂ ਨੇ? ਸਰ, ਤਿੰਨ ਤੋਂ ਚਾਰ ਚੀਜ਼ਾਂ ਮੈਂ ਨੋਟ ਕੀਤੀਆਂ ਜਨਾਬ। ਜਨਾਬ ਦਾ ਟਰੈਕਟਰ ਸੇਲ ਹੋਇਆ ਨਿਊ ਲੈਂਡ 850 ਜਿਹੜਾ, ਉਹਦੇ ਵਿੱਚ ਚਾਰ ਚੀਜ਼ਾਂ ਜਿਹੜੀਆਂ ਮੈਨੂੰ ਫਾਰਮਰ ਨੇ ਦੱਸੀਆਂ ਨੇ ਨਾ, ਮੈਂ ਸਿਰਫ ਉਹ ਹੀ ਦੱਸਾਂਗਾ। ਨੰਬਰ 1 ਤਾਂ ਉਹਨਾਂ ਨੇ ਕਿਹਾ ਜੀ ਟਰੈਕਟਰ ਦਾ ਜਿਹੜਾ ਟਰਨਿੰਗ ਪੁਆਇੰਟ ਜਿਹਨੂੰ ਆਪਾਂ ਕਹਿੰਦੇ ਆ ਜਾਂ ਟਰਨਿੰਗ ਰੇਡੀਅਸ ਕਹਿੰਦੇ ਆ, ਉਹ ਜ਼ਿਆਦਾ ਕਰ ਦਿੱਤਾ ਵੀ ਟਰੈਕਟਰ ਸਾਡਾ ਮੁੰਨ ਜਿਹੜਾ ਲੱਗ ਕਿਉਂ ਲੱਗ ਪਿਆ ਥੱਲੇ ਥੱਲੇ ਜੀ। ਨੰਬਰ 2 ਜਿਹੜਾ ਲਿਫਟੋਮੈਟਿਕ ਤੁਸੀਂ ਇਹਨੂੰ ਲਗਾਇਆ ਨਾ ਜੀ, ਅਪਰੂਵ ਕੀਤਾ ਆਪਣਾ ਹਾਈਡ੍ਰੋਲਿਕ ਸਿਸਟਮ ਨੂੰ, ਉਹ ਬਹੁਤ ਕਮਾਲ ਹੈ। ਨੰਬਰ 3 ਇਸ ਦੀ ਪੇਂਟ ਕੁਆਲਿਟੀ ਨੂੰ ਅਪਰੂਵ ਕੀਤਾ। ਨੰਬਰ 4 ਡੀਜ਼ਲ ਦਾ ਖਰਚਾ। ਇਹਨਾਂ ਚੌਹਾਂ ਸ਼ਾਵਾਂ ਨੂੰ ਲੈ ਕੇ ਫਾਰਮਰ ਤੁਹਾਡੇ ਤੇ ਰਾਜ਼ੀ? ਦੋ ਤਿੰਨ ਜਿਹਦਾ ਮੈਂ ਤੁਹਾਨੂੰ ਹੋਰ ਦੱਸਦਾ। ਅੱਛਾ, ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਸਭ ਤੋਂ ਬੜੀ ਚੀਜ਼ ਜਿਹੜੀ ਆ, ਇੱਕ ਤੇ ਇਹਦਾ ਮੁਕੰਮਲ ਫਰੰਟ ਐਕਸਲ ਰੀਡਿਜ਼ਾਈਨ ਹੈ। ਇਹ ਜਿਹੜੀ ਤੁਸੀਂ ਕਟਾਈ ਵਾਲੀ ਗੱਲ ਵੀ ਕੀਤੀ ਹੈ, ਉਹ ਕਟਾਈ ਵੀ ਫਰੰਟ ਐਕਸਲ 'ਚ ਹੈ, ਇਹਦੀ ਫਰੰਟ ਸਪੋਰਟ ਜਿਹੜੀ ਹੈ, ਫਿਰ ਇਹਦਾ ਪਾਵਰ ਸਟੀਅਰਿੰਗ ਹੈ, ਫਿਰ ਇਹਦਾ ਜਿਹੜਾ ਬੋਡੀ ਫਰੰਟ ਸਪੋਰਟ ਹੈ, ਇਤਨਾ ਸਟਰੋਂਗ ਹੈਗਾ ਕਿ ਜਿੰਨਾ ਮਰਜ਼ੀ ਭਾਰੀ ਕੰਮ ਕਰ ਲਓ ਨਾ। ਜੈਸਾ ਤੁਸੀਂ ਦੇਖਿਆ ਸੀਗਾ ਕਿ 60 ਪਾਲੇ ਵਾਲਾ ਸੁਪਰ ਸੀਡਰ ਚੱਲ ਰਿਹਾ ਸੀ ਇਹਦੇ ਨਾਲ, 60 ਕਟਰ ਵਾਲਾ, ਉਹ ਜਿਹੜਾ ਹੈ ਉਹ ਟਰੈਕਟਰ ਕਿਉਂ ਉੱਠਦਾ ਨਹੀਂ ਹੈ? ਇਤਨਾ ਵਜ਼ਨੀ ਪਿੱਛੇ ਇੰਪਲੀਮੈਂਟ ਲੱਗਾ ਹੋਇਆ, ਫਿਰ ਵੀ ਟਰੈਕਟਰ ਜੰਮ ਕੇ ਚੱਲ ਰਿਹਾ ਔਰ ਥੋੜ੍ਹੀ ਜਿਹੀ ਜਗ੍ਹਾ ਤੋਂ ਮੋੜ ਰਿਹਾ। ਨੰਬਰ 1। ਨੰਬਰ 2 ਤੁਸੀਂ ਦੱਸਿਆ ਕੂਲਿੰਗ ਦਾ ਸਿਸਟਮ ਇੰਜਨ ਦਾ ਬਿਹਤਰੀਨ ਕਰਤਾ ਹੈ। ਇੰਜਨ ਤੁਸੀਂ ਵੀ ਦੇਖਿਆ ਜ਼ਿਮੀਦਾਰਾਂ ਦੀਆਂ ਵੀਡੀਓਜ਼ ਵਿੱਚ, ਗਰਮ ਨਹੀਂ ਹੋ ਰਿਹਾ, ਬਿਲਕੁਲ ਨਾਰਮਲ ਟੈਂਪਰੇਚਰ ਦੇ ਉੱਤੇ ਰਹਿੰਦਾ ਹੈ, ਸੂਈ ਹਰੇ ਨਿਸ਼ਾਨ ਦੇ ਸੈਂਟਰ ਤੱਕ ਹੀ ਜਾਂਦੀ ਹੈ। ਸਹੀ। ਤੀਸਰੀ ਗੱਲ ਇਹਦੀ ਇਹ ਹੈ ਕਿ ਇਹਦੀ ਪਾਵਰ ਬਹੁਤ ਹੈ। ਜੈਸਾ 60 ਕਟਰ ਵਾਲਾ ਸੁਪਰ ਸੀਡਰ ਹੈ, ਉਹ ਆਮ ਟਰੈਕਟਰ ਜਿਹੜੇ 85 ਹਾਰਸ ਪਾਵਰ ਦੂਸਰੇ ਨੇ ਉਹ ਨਹੀਂ ਚਲਾ ਸਕਦੇ। ਜੇ ਚਲਾਨ ਵੀ ਤੇ ਅੱਗੇ ਉੱਠ ਜਾਂਦੇ ਆ, ਪੀਟੀਓ ਜ਼ੋਰ ਨਹੀਂ ਲਾਉਂਦੀ, ਇਹ ਉਹ ਫਾਇਦਾ ਹੈ। ਫਿਰ ਲਿਫਟੋਮੈਟਿਕ ਆ ਗਿਆ। ਡੀਜ਼ਲ ਦੀ ਬੱਚਤ ਦੀ ਤੁਸੀਂ ਗੱਲ ਕੀਤੀ, ਸੋਹਣੀ ਗੱਲ ਹੈ। ਜ਼ਿਮੀਦਾਰ ਨੇ ਮੀਆਂ ਚੌਧਰੀ ਅਹਿਸਾਨ ਸਾਹਿਬ, ਉਹ ਹੈਗੇ ਮੀਆਂ ਚੰਨੂ ਦੇ ਆਲੂ ਦੇ ਗਰੋਰ, 800 ਏਕੜ ਦੀ ਆਲੂ ਦੀ ਕਾਸ਼ਤ ਕਰ ਰਹੇ ਆ। ਉਹਨਾਂ ਨੇ ਇਹ ਟਰੈਕਟਰ ਦੋ ਲਏ ਆ, ਇੱਕ ਸਟੈਂਡਰਡ ਲਿਆ, ਇੱਕ ਲਿਫਟੋਮੈਟਿਕ ਲਿਆ, ਔਰ ਉਹਨਾਂ ਨੇ ਸਾਨੂੰ ਇਹ ਫੀਡਬੈਕ ਦਿੱਤੀ ਹੈ ਕਿ ਮੈਂ 27 ਏਕੜ ਦੀ ਵਾਈ 13 ਫਾਲੀ ਕਲਟੀਵੇਟਰ ਦੇ ਨਾਲ ਕੀਤੀ ਤੇ 47 ਲੀਟਰ ਵਿੱਚ ਕੀਤੀ ਹੈ। 47 ਲੀਟਰ, 27 ਏਕੜ, 2.25 ਲੀਟਰ ਫੀ ਏਕੜ, ਇਤਨੀ ਇਹਦੀ ਡੀਜ਼ਲ ਦੀ ਸ਼ਾਨਦਾਰ ਜਿਹੜੀ ਆ ਪਰਫਾਰਮੈਂਸ ਹੈਗੀ ਹੈ, ਐਵਰੇਜ ਹੈਗੀ ਹੈ, ਔਰ ਇਤਨੀ ਬੱਚਤ ਹੈ। ਜਦੋਂ ਕਿ ਦਿਗਰ ਟਰੈਕਟਰ ਜਿਹੜੇ ਨੇ ਉਹ 4, 4.25, 4.5 ਲੀਟਰ। ਮੈਂ ਉਹਨਾਂ ਨਾਲ ਪਰਸਨਲੀ ਮਿਲ ਕੇ ਦੋਨੋਂ ਟਰੈਕਟਰ ਚਲਾ ਕੇ ਆਇਆ ਔਰ ਉਹਨਾਂ ਨੂੰ ਮੈਂ ਟੈਸਟ ਡਰਾਈਵ ਵੀ ਸ਼ੇਅਰ ਕੀਤੀ ਹੈ, ਉਹਨਾਂ ਦਾ ਪਰਸਨਲ ਰਿਵਿਊ ਵੀ ਲਿਆ। ਸੇਮ ਗੱਲ ਉਹਨਾਂ ਨੇ ਮੈਨੂੰ ਦੱਸੀ ਜਿਹੜੀ ਤੁਸੀਂ ਹੁਣ ਦੱਸੀ ਹੈ, ਉਹਨਾਂ ਦਾ ਇਹ ਰਿਵਿਊ ਸੀ ਕਿ ਮੈਨੂੰ ਇੰਨੇ ਘੱਟ ਡੀਜ਼ਲ ਦੇ ਵਿੱਚ ਇੰਨਾ ਜ਼ਿਆਦਾ ਇੰਨੇ ਜਿਹੜਾ ਉਹ ਹਲਵਾ ਕੇ। ਉਹ ਤੁਹਾਨੂੰ ਪਤਾ ਕੈਲਕੂਲੇਟਡ ਜ਼ਿਮੀਦਾਰ ਆ, ਉਹ ਟਾਈਮ ਵੀ ਮੇਜ਼ਰ ਕਰਦੇ ਆ, ਉਹ ਡੀਜ਼ਲ ਵੀ ਮੇਜ਼ਰ ਕਰਦੇ ਆ, ਉਹ ਸੀਡ ਫਰਟੀਲਾਈਜ਼ਰ ਕੈਲਕੂਲੇਟ ਕਰਕੇ ਸਾਰਾ ਕੰਮ ਕਰਦੇ ਆ। ਉਸ ਗੱਲ ਜਿਹੜੀ ਤੁਸੀਂ ਨਹੀਂ ਦੱਸੀ, ਉਹ ਜ਼ਿਮੀਦਾਰਾਂ ਨੂੰ ਯਾਨੀ ਕਿ ਉਹ ਰੂਟੀਨ ਲੱਗਦੀ ਹੋਏਗੀ, ਕਿਉਂਕਿ ਜਿਹੜੇ ਵੀ ਨਿਊ ਹਾਲੈਂਡ ਟਰੈਕਟਰ ਇਸਤੇਮਾਲ ਕਰਦੇ ਆ, ਪਹਿਲੇ ਵੀ ਉਹਨਾਂ ਨੂੰ ਬੈਨੀਫਿਟ ਹੈ। ਇਹਦੇ ਗੇਅਰ ਬਕਸੇ ਸਿੰਕਰੋਨਾਈਜ਼ਰ ਨੇ, ਤੁਸੀਂ ਚੌਥੇ ਹਾਈ ਤੋਂ ਤੀਸਰੇ ਵਿੱਚ ਆਉਣਾ ਹੈ, ਉਸੇ ਤਰ੍ਹਾਂ ਉਸੇ ਸਪੀਡ ਦੇ ਉੱਤੇ ਤੁਸੀਂ ਗੇਅਰ ਡਾਊਨ ਕਰ ਲੈਂਦੇ ਹੋ, ਜਦੋਂ ਕਿ ਦੂਸਰੇ ਟਰੈਕਟਰ ਜਿਹੜੇ ਪਾਕਿਸਤਾਨ 85 ਹਾਰਸ ਪਾਵਰ ਨੇ, ਉਹਨਾਂ ਦੀ ਸਪੀਡ ਤੁਹਾਨੂੰ ਘੱਟ ਕਰਨੀ ਪੈਂਦੀ, ਬ੍ਰੇਕ ਲਾ ਕੇ ਪਹਿਲੇ ਸਪੀਡ ਰਿਡਿਊਸ ਕਰੋਗੇ, ਟਰੈਕਟਰ ਸਲੋ ਕਰੋਗੇ, ਫਿਰ ਗੇਅਰ ਡਾਊਨ ਹੋ ਸਕਦਾ ਹੈ। ਉਦਾਂ ਗੇਅਰ ਡਾਊਨ ਨਹੀਂ ਹੋ ਸਕਦਾ ਉਹਦਾ ਚੌਥੇ ਹਾਈ ਤੋਂ ਤੀਜੇ ਵਿੱਚ, ਉਹ ਤੀਸਰੇ ਜਿੰਨੀ ਸਪੀਡ ਤੇ ਆਊਗਾ ਤੇ ਤੀਸਰਾ ਪਾਊਗਾ। ਇਹ ਇਹਦਾ ਬਹੁਤ ਵੱਡਾ ਬੈਨੀਫਿਟ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਜ਼ਿਮੀਦਾਰਾਂ ਨੇ ਪਸੰਦ ਕੀਤੀਆਂ ਨੇ, ਇਹਦੀ ਬੁਕਿੰਗ ਬਹੁਤ ਹੋ ਰਹੀ ਹੈ ਅਲਹਮਦੁਲਿਲਾ। ਗੱਲ ਇੱਕੋ ਜ਼ਿਲ੍ਹਾ ਓਕਾੜਾ ਚੋਂ, ਸਾਡੀ ਜਿਹੜੀ ਓਕਾੜਾ ਦੀ ਡੀਲਰਸ਼ਿਪ ਆ, ਉਹ ਤੋਂ ਇੱਕ ਦਿਨ 'ਚ ਹੀ ਕੱਲ 4 ਟਰੈਕਟਰ ਬੁੱਕ ਹੋਏ ਨੇ ਲਿਫਟੋਮੈਟਿਕ ਵਾਲੇ। ਇਹ ਮੈਂ ਤੁਹਾਨੂੰ ਬਿਲਕੁਲ ਸੱਚੀ ਗੱਲ ਦੱਸਦਾ, ਅਲਹਮਦੁਲਿਲਾ, ਅਲਹਮਦੁਲਿਲਾ, ਸੁਮਾ ਅਲਹਮਦੁਲਿਲਾ, ਔਰ ਬਾਕੀ ਪੂਰੇ ਪਾਕਿਸਤਾਨ 'ਚੋਂ ਤਾਂ ਅਲੱਦਾ ਹੋਏ ਨੇ। ਇਹ ਮੈਂ ਤੁਹਾਨੂੰ ਦੱਸਦਾ ਕਿ ਚੌਕਾ ਲੱਗਾ ਇੱਕੋ ਡੀਲਰਸ਼ਿਪ ਤੋਂ ਇੱਕੋ ਦਿਨ। ਇਸੇ ਤਰ੍ਹਾਂ ਕਾਸਮ ਪੱਟੀ ਸਾਹਿਬ ਦੀ ਡੀਲਰਸ਼ਿਪ ਹੈ ਲਾਹੌਰ, ਇੱਥੋਂ ਕੱਲ੍ਹ ਸੀਗਾ ਆਪਣਾ ਜੁਮੇਰਾਤ, ਇੱਥੋਂ ਬੁੱਧ ਵਾਲੇ ਦਿਨ 4 ਟਰੈਕਟਰ ਇੱਕੋ ਦਿਨ ਬੁੱਕ ਹੋਏ ਸੀ। ਇਸ ਤਰ੍ਹਾਂ ਬੁਕਿੰਗ ਆ ਰਹੀ ਹੈ ਇਸ ਵੇਲੇ ਅਲਹਮਦੁਲਿਲਾ, ਜ਼ਿਮੀਦਾਰ ਇਤਨੇ ਖੁਸ਼ ਹੈਗੇ ਨੇ। ਸਰ, ਇਹਨਾਂ ਦਿਨਾਂ 'ਚ ਤੁਹਾਡਾ ਇੱਦਾਂ ਬੁਕਿੰਗ ਲੈਣਾ ਇੱਦਾਂ ਆ, ਖਾਸ ਕਰ ਉਸ ਟਾਈਮ ਦੇ ਉੱਤੇ ਜਦੋਂ
ग्रीन ट्रैक्टर स्कीम सिर ते खड़ी है और लोग इंतजार है जिन्हें भी शायद मेरा निकल आवे मेरा निकल आवे और इन दिनों तुसी सारा अगर इन्नी सेल करते हो ना तो कमाल है। अल्हम्दुलिल्लाह सी बहुत शुक्रगुजार हां अल्लाह ताला दे और असी शुक्रगुजार हां अपने जिम्मेदार भाइयों ते जिन्होंने साडे उत्ते एतमाद कीता है और अल्लाह पाक की रहमत दे नाल इंशाल्लाह असी उन्हां दे एतमाद ते पूरे उतरांगे उन्हां दा मान रखांगे। उन्होंने इस न्यू होलैंड 850 नूं पसंद किया है 850 इंशाल्लाह ताला उन्हां दी उम्मीदां ते पूरा उतरेगा और पाकिस्तान दा नंबर वन ट्रैक्टर तुसीं देखोगे थोड़े जे अरसे दे विच इंशाल्लाह जल्दी इंशाल्लाह ताला इसे तरह ही। बहुत शुक्रिया ताडा, बहुत शुक्रिया जनाब, मेहरबानी जनाब, जज़ाकअल्लाह, अस्सलाम वालेकुम।